2 ਧਾਈ ਤੋਂ ਲੈ ਕੇ 5 ਫੁੱਟ ਤੱਕ ਆਪਣੇ ਕੋਲੇ ਸਲੈਬ ਤਿਆਰ ਮਿਲਦੀ ਹੈ ਹਰ ਸਮੇਂ 100 ਦੀ 200 ਦੀ 500 ਤੱਕ ਵੀ ਜਦੋਂ ਵੀ ਕਦੋਂ ਵੀ ਲੋਡ ਹੈ ਤਾਂ ਸੁੱਕੀ ਮਿਲਦੀ ਹੈ ਵਧੀਆ ਵਧੀਆ ਸਿਰੇ ਦੀ ਇੱਕ ਨੰਬਰ ਕੁਆਲਿਟੀ ਹੈ ਜੀ ਗਾਰੰਟੀ ਵੀ ਹੈਗੀ ਹੈ ਜੋ ਕਿ 5 ਫੁੱਟ ਦੇ ਉੱਤੇ ਆਪਾਂ 8 ਕੁਇੰਟਲ 7 ਕੁਇੰਟਲ ਵਜਨ ਵੀ ਰੱਖਣਾ ਤਾਂ ਵੀ ਕੋਈ ਗੱਲ ਨਹੀਂ ਮਤਲਬ ਇਹ ਨਹੀਂ ਹੈਗਾ ਵੀ ਲਚਕ ਜੋ ਜਾਂ ਕੋਈ ਕੱਲ ਨੂੰ ਵੀ ਝੁੱਕਦੀ ਹੈ ਉਹ ਨਹੀਂ ਹੈਗਾ ਕਿ ਸਾਡਾ ਕੰਮ ਕੋਠੀਆਂ ਦਾ ਸੀ ਜਿਹਨੂੰ ਕਿ ਅਸੀਂ ਥੋੜਾ ਬਹੁਤ ਟਾਈਮ ਹੀ ਹੋਇਆ ਜਨਵਰੀ ਪਹਿਲੇ ਮਤਲਬ ਵੀ ਅਸੀਂ ਚੇਂਜ ਕਰਿਆ ਕੰਮ ਵੀ ਕੁਆਲਿਟੀ ਇੱਕ ਨੰਬਰ ਮਿਲੂਗੀ ਇੱਥੋਂ ਕਿਤੇ ਵੀ ਜਾ ਕੇ ਪਤਾ ਕਰੋ ਪਹਿਲਾਂ ਪਤਾ ਕਰੋ ਖਰੀਦਣ ਤੋਂ ਪਹਿਲਾਂ ਇਹ ਨਹੀਂ ਹੈਗਾ ਵੀ ਤੁਸੀਂ ਗਏ ਟਰਾਲੀ ਭਰ ਲਏ ਪਰ ਪਹਿਲਾਂ ਮਟੀਰੀਅਲ ਨੂੰ ਪੂਰੀ ਗੌਰ ਨਾਲ ਦੇਖੋ ਉਸ ਤੋਂ ਬਾਅਦ ਸਲੈਬ ਦਾ ਰੇਟ ਪੁੱਛੋ ਤੇ ਫਿਰ ਆਪਣਾ ਮਨਪਸੰਦ ਦਾ ਮਕਾਨ ਬਣਾ ਸਕਦੇ ਹੋ ਇਹਦੇ ਵਿੱਚ ਆਪਣੇ 6 6 ਪੀਸ ਸਰੀਏ ਦੇ ਨੇ ਜੀ ਦੋ ਸੂਤ ਸਰੀਆ ਜਿਹਦੇ ਵਿੱਚ ਕੀ ਹਰ ਇੱਕ ਸਲੈਬ ਦੇ ਵਿੱਚ 6 ਪੀਸ ਹਰ ਇੱਕ ਦੇ ਵਿੱਚ ਨੇ ਕੋਈ ਸੇਚ ਘਟ ਨਹੀਂ ਹੋ ਸਕਦਾ ਕਿਸਾਨਾਂ ਨੂੰ ਮਤਲ ਖੇਤਾਂ ਦੇ ਵਿੱਚ ਨੀ ਕੋਈ ਮਟੀਰੀਅਲ ਨਹੀਂ ਲਿਆਉਣਾ ਪੈਂਦਾ ਬ੍ਰੀਤੀ ਸਿਮਿੰਟ ਕੋਈ ਮਿਸਤਰੀ ਨਹੀਂ ਪੁੱਛਣਾ ਪੈਂਦਾ ਉਹ ਆਪਣੇ ਕੋਲੋਂ ਹਰ ਵਕਤ ਮਿਲਦੇ ਆ ਕੋਈ ਰੋਟਾ ਵੀਟਰ ਟਰਾਲੀ ਵਗੈਰਾ ਕਪੈਨ ਵਗੈਰਾ ਨਗਾਉਣਾ ਤੁਰੰਤ ਹੀ ਖਾਲ ਦਾ ਪੁਲ ਬਣ ਜਾਂਦਾ ਆਪਣੇ ਕੋਲੋਂ ਸਮਾਨ ਲਿਆ ਕੇ ਦੋਸਤੋ ਸਤਿ ਸ਼੍ਰੀ ਅਕਾਲ ਵਰਕਵੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਸਮਾਂ ਬਦਲਦਾ ਜਾਂਦਾ ਹੈ ਬਦਲਦੇ ਸਮੇਂ ਨਾਲ ਆਪਾਂ ਨੂੰ ਆਪਣੀਆਂ ਜ਼ਰੂਰਤਾਂ ਦਾ ਜਿਹੜਾ ਸਮਾਨ ਹੈ ਉਹ ਵੀ ਬਦਲਣਾ ਪੈਂਦਾ ਦੋਸਤੋ ਪਹਿਲਾਂ ਆਪਾਂ ਕੜੀ ਬੱਤੇ ਜਿਹੜੇ ਕੜੇ ਬਾਲੇ ਜਾਂ ਕੋਈ ਲੱਕੜੀ ਦਾ ਕੋਈ ਵੀ ਛੋਟੇ ਛੋਟੇ ਵਰਗੇ ਲਾ ਕੇ ਸਾਡੇ ਬਜ਼ੁਰਗ ਕੜੀਆਂ ਨਾਲ ਛੱਤ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਟਾਇਲ ਬੱਤਾ ਉਸ ਤੋਂ ਬਾਅਦ ਡਾਟਾ ਆਈਆਂ ਫਿਰ ਲੈਂਟਰ ਆਇਆ ਹੁਣ ਇੱਕ ਨਾ ਸਲੇਬ ਜਿਹੜੀ ਆਪਾਂ ਕਹਿੰਦੇ ਨੇ ਪਲੇਟਾ ਵੀ ਕਹਿ ਦਿੰਦੇ ਇਹਨੂੰ ਪੱਥਰ ਦੀਆਂ ਆਈਆਂ ਰਾਜਸਥਾਨ ਤੋਂ ਬਣ ਕੇ ਲਾਲ ਜੀਆਂ ਜਿਹੜੀਆਂ ਹੁੰਦੀਆਂ ਸਲੇਟਾਂ ਵੀ ਕਹਿ ਦਿੰਦੇ ਸੀ ਪੱਥਰ ਦੀ ਉਸ ਤੋਂ ਬਾਅਦ ਇੱਕ ਹੋਰ ਤਕਨੀਕ ਆਈ ਹੈ ਜਿਹੜੀ ਸਰੀਆਂ ਪਾ ਕੇ ਬਣਾਈ ਜਾਂਦੀ ਹੈ ਸਲੇਬ ਸਲੇਬ ਦੀ ਅੱਜ ਬੜੀ ਮੰਗ ਹੈ ਸਲੇਬ ਦੀ ਅੱਜ ਬੜੀ ਜ਼ਰੂਰਤ ਹੈ ਕਿਉਂਕਿ ਛੱਤ ਪਾਉਂਦੇ ਆ ਜੇ ਕੱਲ ਨੂੰ ਬਦਲਨੀ ਆ ਛੱਤ ਤਾਂ ਆਪਾਂ ਇਹਨੂੰ ਸਲੈਵ ਨੂੰ ਚੱਕ ਕੇ ਇਧਰ ਉਧਰ ਕਰ ਸਕਦੇ ਆ ਆਪਣਾ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ ਅੱਜ ਆਪਾਂ ਦੇਖਣ ਆਏ ਸੀ ਸ਼੍ਰੀ ਵਿਸ਼ਵਕਰਮਾ ਜੀ ਸਲੈਵ ਸਟੋਰ ਜਿਹੜਾ ਕਿ ਚੀਮਾ ਮੰਡੀ ਦੇ ਨੇੜੇ ਹੈ ਜਦੋਂ ਆਪਾਂ ਬਠਿੰਡੇ ਤੋਂ ਪਟਿਆਲੇ ਨੂੰ ਜਾਂਦੇ ਆ ਜਾਂ ਪਟਿਆਲੇ ਤੋਂ ਬਠਿੰਡੇ ਨੂੰ ਆਉਂਦੇ ਆ ਪਿੱਖੀ ਦੇ ਨੇੜੇ ਪਿੱਖੀ ਔਰ ਚੀਮਾ ਮੰਡੀ ਦੇ ਵਿਚਕਾਰ ਹੈ ਸ਼੍ਰੀ ਵਿਸ਼ਵਕਰਮਾ ਜੀ ਸਲੈਵਸਟੋਰ ਜਿਹੜਾ ਇਸ ਰੋਡ ਦੇ ਉੱਪਰ ਇੱਕੋ ਇੱਕ ਸਲੈਵਸਟੋਰ ਹੈ ਇਹਨਾਂ ਨੂੰ ਅੱਜ ਮਿਲਣ ਵਾਸਤੇ ਪਾਏ ਸੀ ਆਪਣੇ ਨਾਲ ਮਿਸਤਰੀ ਹਰਦੇਵ ਸਿੰਘ ਨੇ ਜਿਹੜੇ ਇੱਥੇ ਸਲੈਬਾਂ ਤਿਆਰ ਕਰਦੇ ਆ ਅ ਬੀਰਜੀ ਸਾਸਰੀਕਾਲ ਸਾਸਰੀਕਾਲ ਜੀ ਸਾਸਰੀਕਾਲ ਮਿਸਤਰੀ ਹਰਦੇਵ ਸਿੰਘ ਜੀ ਸਾਡੇ ਦਰਸ਼ਕਾਂ ਨੂੰ ਸਾਡੇ ਗਾਹਕਾਂ ਨੂੰ ਤੁਸੀਂ ਦੱਸਣਾ ਹੈ ਤੁਹਾਡੇ ਕੋਲੇ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਦੀਆਂ ਕਿੰਨੇ ਸਾਈਜ਼ ਦੀਆਂ ਸਲੈਬਾਂ ਇੱਥੇ ਬਣਾਈਆਂ ਜਾਂਦੀਆਂ ਆਪਣੇ ਕੋਲੇ ਜੀ ਜਦੋਂ ਕਿ ਜਨਵਰੀ ਦੇ ਵਿੱਚ ਆਪਾਂ ਨੇ ਇਹ ਫੈਕਟਰੀ ਸ਼ੁਰੂ ਕੀਤੀ ਹੈ 2.5 ਤੋਂ ਲੈ ਕੇ 5 ਫੁੱਟ ਤੱਕ ਆਪਣੇ ਕੋਲੇ ਸਲੈਬ ਤਿਆਰ ਮਿਲਦੀ ਹੈ ਹਰ ਸਮੇਂ 100 ਦੀ 200 ਦੀ 500 ਤੱਕ ਵੀ ਜਦੋਂ ਵੀ ਕਦੋਂ ਵੀ ਲੋੜ ਹੈ ਤਾਂ ਸੁੱਕੀ ਮਿਲਦੀ ਹੈ ਵਧੀਆ ਵਧੀਆ ਸਿਰੇ ਦੀ ਇੱਕ ਨੰਬਰ ਕੁਆਲਿਟੀ ਹੈ ਜੀ ਗਾਰੰਟੀ ਵੀ ਹੈਗੀ ਹੈ ਜੋ ਕਿ 5 ਫੁੱਟ ਦੇ ਉੱਤੇ ਆਪਾਂ 8 ਕੁਇੰਟਲ 7 ਕੁਇੰਟਲ ਵਜ਼ਨ ਵੀ ਰੱਖਣਾ ਤਾਂ ਵੀ ਕੋਈ ਗੱਲ ਨਹੀਂ ਮਤਲਬ ਇਹ ਨਹੀਂ ਹੈਗਾ ਵੀ ਲਚਕ ਜੋ ਜਾ ਕੋਈ ਗੱਲ ਨੂੰ ਵੀ ਝੁੱਕਦੀ ਹੈ ਉਹ ਨਹੀਂ ਹੈਗਾ ਤੇ ਦੂਸਰੀ ਗੱਲ ਜਿਹੜਾ ਕਿ ਮਟੀਰੀਅਲ ਹੈ ਮਤਲਬ ਆਪਾਂ ਨੇ ਇਹ ਨਹੀਂ ਸੋਚਣਾ ਗਾ ਕਬੀਰ ਨੇ ਵੀ ਮੰਨ ਲਓ ਇਹ ਸਲੈਬ ਦਾ ਹੀ ਰੇਟ ਹੈ ਉਹ ਨਹੀਂ ਦੇਖਣਾ ਤੁਸੀਂ ਕਿਸੇ ਵੀ ਫੈਕਟਰੀ ਚ ਜਾਨੇ ਉੱਥੇ ਮਟੀਰੀਅਲ ਵੀ ਚੈੱਕ ਕਰੋ ਸਰੀਆ ਵੀ ਦੇਖੋ ਉੱਥੇ ਜਿਹੜੇ ਬਣਾਉਣ ਵਾਲੇ ਬੰਦੇ ਆਪਣੇ ਰੱਖੇ ਹੁੰਦੇ ਨੇ ਕਰਮਚਾਰੀ ਕੋਈ ਮੁਲਾਜ਼ਮ ਨੇ ਕੋਈ ਉਹ ਵੀ ਦੇਖੋ ਵੀ ਕਾਰਾਗਰੀ ਹੈ ਉਹਨਾਂ ਕੋਲ ਜਾਂ ਕੀ ਆਪਣੀ ਕੋਈ ਲੇਬਰੀ ਕੰਮ ਕਰਦੀ ਹੈ ਤੇ ਕਿਹੇ ਜਾਂ ਮਟੀਰੀਅਲ ਪਾਉਂਦੇ ਨੇ 2 ਇੱਕ ਦਾ ਮਟੀਰੀਅਲ ਪਾਉਂਦੇ ਨੇ ਜਾਂ 7 ਇੱਕ ਦਾ ਪਾਉਂਦੇ ਨੇ ਕੀ ਕਰਨਾ ਹੈ ਇਹ ਵੀ ਉਹ ਨਹੀਂ ਸੋਚਣਾ ਤੁਸੀਂ ਵੀ ਹਾਂ ਜੀ ਉਹ ਤਾਂ 200 ਦੀ ਹੈ ਉਹ 250 ਦੀ ਹੈ ਉਹ 300 ਦੀ ਹੈ 400 ਦੀ ਹੈ ਤੇ ਆਪਾਂ ਨੇ ਕੁਆਲਿਟੀ ਵੀ ਇੱਕ ਨੰਬਰ ਲੈਣੀ ਹੈ ਹਰਦੇਵ ਸਿੰਘ ਜੀ ਮੈਨੂੰ ਨਾ ਤੁਹਾਡੇ ਜਿਹੜਾ ਤੁਸੀਂ 2 ਇੱਕ ਦਾ 7 ਇੱਕ ਦਾ ਪਾਉਣਾ 6 ਇੱਕ ਦਾ ਪਾਉਣਾ ਇਸ ਗੱਲ ਤੋਂ ਮੈਨੂੰ ਇਹ ਲੱਗਦਾ ਵੀ ਤੁਹਾਡਾ ਕਾਫੀ ਅਨੁਭਵ ਹੈ ਬਹੁਤ ਤੁਹਾਨੂੰ ਤਜਰਬਾ ਮੈਨੂੰ ਲੱਗਦਾ ਇਸ ਕੰਮ ਵਾਸਤੇ ਕਾਫੀ ਕੀ ਤਜਰਬੇ ਵਿੱਚ ਥੋੜੀ ਜਾਣਕਾਰੀ ਦਿਓਗੇ ਈ ਜੀ ਆਏ ਐ ਜਿਹੜਾ ਤਜਰਬਾ ਹੈ ਬਣਾਉਣ ਦਾ ਹਰ ਇੱਕ ਬੰਦਾ ਮਤਲਬ ਕੰਮ ਨੂੰ ਲੱਗ ਜਾਂਦਾ ਕਰਨਾ ਪਰ ਕੰਮ ਉਹੇ ਜਾਂ ਨਹੀਂ ਬਣਦਾ ਹੁੰਦਾ ਜਿਹੜੇ ਬੰਦੇ ਦਾ ਕੋਈ ਵੀ ਕੰਮ ਹੈ ਉਹਦਾ ਕੀਤਾ ਹੈ ਤਜਰਬਾ ਤੇ ਸਾਡਾ ਤਜਰਬਾ ਜਿਵੇਂ 30 35 ਸਾਲ ਤੋਂ ਪਹਿਲਾਂ ਤੋਂ ਅਸੀਂ ਸੀਮਿੰਟ ਬਰੇਤੀ ਇੱਟਾਂ ਦਾ ਕੰਮ ਕੋਠੀਆਂ ਬਣਾਉਨੇ ਆ ਕੋਈ ਹੋਰ ਕਾਰਾਗਰੀ ਹੈ ਜਿਹੜੀ ਕੀ ਜਿਹਦੇ ਵਿੱਚ ਕੀ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਮਟੀਰੀਅਲ ਵੀ ਕਿਹੋ ਜਿਹਾ ਤਿਆਰ ਹੋਇਆ ਕਿਹੋ ਜਿਹਾ ਬਣਨਾ ਕਿੱਥੇ ਜਾ ਕੇ ਇਹਨੂੰ ਜਾ ਕੇ ਸੈਟਿੰਗ ਵੀ ਕਰਨੀ ਹੈ ਇਹ ਨਹੀਂ ਕੋਈ ਹੈਗਾ ਵੀ ਹਰ ਇੱਕ ਬੰਦਾ ਹੀ ਬਣਾਉਣ ਲੱਗ ਗਿਆ ਬਿਸਲੈਬ ਬਣ ਗਈ ਉਹ ਚੀਜ਼ ਨਹੀਂ ਜੀ ਹੈਗੀ ਸਾਡਾ ਕੰਮ ਕੋਠੀਆਂ ਦਾ ਸੀ ਜਿਹਨੂੰ ਕਿ ਅਸੀਂ ਥੋੜਾ ਬਹੁਤਾ ਟਾਈਮ ਹੀ ਹੋਇਆ ਜਨਵਰੀ ਪਹਿਲੇ ਮਤਲਬ ਵੀ ਅਸੀਂ ਚੇਂਜ ਕਰਿਆ ਕੰਮ ਵੀ ਕੁਆਲਿਟੀ ਇੱਕ ਨੰਬਰ ਮਿਲੂਗੀ ਇੱਥੋਂ ਕਿਤੇ ਵੀ ਜਾ ਕੇ ਪਤਾ ਕਰੋ ਪਹਿਲਾਂ ਪਤਾ ਕਰੋ ਖਰੀਦਣ ਤੋਂ ਪਹਿਲਾਂ ਇਹ ਨਹੀਂ ਹੈਗਾ ਵੀ ਤੁਸੀਂ ਗਏ ਟਰਾਲੀ ਭਰ ਲਿਆ ਪਰ ਪਹਿਲਾਂ ਮਟੀਰੀਅਲ ਨੂੰ ਪੂਰੀ ਗੌਰ ਨਾਲ ਦੇਖੋ ਉਸ ਤੋਂ ਬਾਅਦ ਸਲੈਬ ਦਾ ਰੇਟ ਪੁੱਛੋ ਤੇ ਫਿਰ ਆਪਣਾ ਮਨਪਸੰਦ ਦਾ ਮਕਾਨ ਬਣਾ ਸਕਦੇ ਹੋ ਤੁਸੀਂ ਮਟੀਰੀਅਲ ਦੀ ਗੱਲ ਕਰੀ ਐ ਮਟੀਰੀਅਲ ਦੀ ਗਾਰੰਟੀ ਦਿੱਤੀ ਜਾਂਦੀ ਐ ਇਹ ਕਿੱਥੋਂ ਦਾ ਮਟੀਰੀਅਲ ਆ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਕਿਹੜੀ ਦਰਿਆ ਦੀ ਪ੍ਰੀਤੀ ਪਾਈ ਜਾਂਦੀ ਐ ਜਾਂ ਕਿਹੜੀ ਬਚਰੀਏ ਦੇ ਵਿੱਚ ਵਰਤੀ ਜਾਂਦੀ ਐ ਤੁਹਾਡੇ ਕੋਲ ਇਹਦੇ ਵਿੱਚ ਜਿਵੇਂ ਕਈ ਬਰੇਤੀ ਆਉਂਦੇ ਨੇ ਆਨੰਦਪੁਰ ਸਾਹਿਬ ਤੋਂ ਆਉਂਦੀ ਐ ਤੇ ਜਿਵੇਂ ਕਰਨਾਲ ਵਾਲੀ ਐ ਅਸੀਂ ਮੇਨ ਕੀ ਐ ਵੀ ਕਰਨਾਲ ਵਾਲੀ ਬਰੇਤੀ ਵਰਤਦੇ ਆ ਜਿਹਦੇ ਵਿੱਚ ਕੋਈ ਪੱਥਰ ਨਹੀਂ ਹੈਗਾ ਜਿਹਦੇ ਵਿੱਚ ਕੋਈ ਮਿੱਟੀ ਨਹੀਂ ਹੈਗੀ ਤੇ ਕੋਈ ਬਰੀਕ ਰੇਤਾ ਨਹੀਂ ਹੈਗਾ ਜਿੰਨਾ ਰੇਤਾ ਮੋਟਾ ਹੁੰਦਾ ਤੇ ਉੰਨੀ ਇਹਦੀ ਸਖਤਾਈ ਜ਼ਿਆਦਾ ਹੈਗੀ ਆ ਕਹੀ ਥਾ ਮੈਂ ਤਾਂ ਦੇਖੋ 20 ਰੁਪਏ 30 ਰੁਪਏ ਫੁੱਟਾ ਵਾਲਾ ਰੇਤਾ ਵੀ ਵਰਤੀ ਜਾਂਦੇ ਆ 20 ਤੇ ਇਹ ਘੱਟੋ ਘੱਟ 50 ਰੁਪਏ ਫੁੱਟ ਰੇਤਾ ਆਉਂਦਾ ਜਿਹੜਾ ਕਿ ਵਧੀਆ ਰੇਤਾ ਆਪਣੇ ਕੋਲੇ ਦੂਸਰੀ ਗੱਲ ਇਹ ਵੀ ਐ ਤੇ ਮਿਕਸਚਰ ਦੀ ਰਲਵਾਈ ਐ ਸੀਮੈਂਟ ਦੇ ਵਿੱਚ ਜੇ ਕਈਆਂ ਨਾਲ ਰਲਵਾਓ ਤਾਂ ਨਹੀਂ ਦਲਦਾ ਪਰ ਮਸ਼ੀਨ ਰਾਹੀਂ ਰਲਵਾ ਕੇ ਤਾਂ ਇਹਦੀ ਦੁੱਗਣੀ ਤਾਕਤ ਐ ਜੀ ਅੱਛਾ ਸੀਮੈਂਟ ਤੁਸੀਂ ਕਿਹੜੀ ਕੰਪਨੀ ਦਾ ਵਰਤਦੇ ਉਹਦੇ ਵਿੱਚ ਸੀਮਟ ਅਸੀਂ ਅਲਟਰਾਟੈਕ ਦਾ ਵੀ ਵਰਤਦੇ ਆ ਜੀ ਬੰਡਰ ਦਾ ਵੀ ਵਰਤਦੇ ਆ ਜਿਹੜੀ ਕਿ ਅਸਲੀ ਕੁਆਲਿਟੀਆਂ ਨੇਗੀਆਂ ਜਿਹੜੀਆਂ ਕਿ ਪਹਿਲਾਂ ਮੈਂ ਇੱਕ ਨੰਬਰ ਤੇ ਕੁਆਲਿਟੀ ਹੈਗੀ ਇਹਨਾਂ ਦੀ ਕੰਪਨੀ ਤੋਂ ਹਰਦੇਵ ਸਿੰਘ ਜੀ ਇਹਦੇ ਵਿੱਚ ਸਰੀਆ ਜਿਹੜਾ ਪਾਇਆ ਜਾਂਦਾ ਪਹਿਲਾਂ ਨਾ ਮੈਂ ਦੇਖਿਆ ਸੀ ਕਿੰਨ ਸਰੀਏ ਦੇ ਵਿੱਚ ਪਾਏ ਜਾਂਦੇ ਜਿਹੜੀ ਮੰਨ ਲਓ 1.5 ਫੁੱਟ ਦੀ ਸਲਾਈਬ ਹੁੰਦੀ ਹੈ 1.5 ਫੁੱਟ ਚਾਰ ਦੀ ਹੁੰਦੀ ਹੈ ਜਿਤਨਾ ਸਰੀਆ ਪਾਇਆ ਤੁਸੀਂ ਕਿੰਨੇ ਸਰੀਏ ਦੇ ਵਿੱਚ ਪਾਉਂਦੇ ਹੋ ਇਹਦੇ ਵਿੱਚ ਆਪਣੇ 6 6 ਪੀਸ ਸਰੀਏ ਦੇ ਨੇ ਜੀ ਦੋ ਸੂਤ ਸਰੀਆ ਜਿਹਦੇ ਵਿੱਚ ਕੀ ਹਰ ਇੱਕ ਸਲੈਬ ਦੇ ਵਿੱਚ 6 ਪੀਸ ਹਰ ਇੱਕ ਦੇ ਵਿੱਚ ਨੇ ਕੋਈ ਸੇਚ ਘੱਟ ਨਹੀਂ ਹੋ ਸਕਦਾ ਤੇ ਦੂਸਰਾ ਨੰਬਰ ਇਹ ਜਿਹੜੀ ਗੱਲ ਕਹਿ ਦਿੰਨੇ ਆ ਵੀ ਹਾਂ ਦੋ ਸੂਤਾ ਸਰਿਆ ਜਾਂ ਦੋ ਇੱਕ ਦਾ ਮਟੀਰੀਅਲ ਹੈ ਤਾਂ ਉਹੀ ਸੇਮ ਪਾਉਨੇ ਆ ਅਸੀਂ ਮਤਲਬ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਦੇ ਬਹੁਤ ਵਧੀਆ ਦੋਸਤੋ ਕਦੀ ਵੀ ਸਲਾਈਵ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਸ਼੍ਰੀ ਵਿਸ਼ਵਕਰਮਾ ਜੀ ਇਹ ਹੈ ਭੀਖੀ ਤੋਂ ਜਦੋਂ ਆਪਾਂ ਚੀਮਾ ਮੰਡੀ ਨੂੰ ਜਾਂਦੇ ਹਾਂ ਸੁਨਾਮ ਨੂੰ ਜਾਂਦੇ ਹਾਂ ਰਸਤੇ ਦੇ ਵਿੱਚ ਇਹ ਸਲਾਈਵ ਸਟੋਰ ਬਣਾਇਆ ਹੈਗਾ ਅ ਤਜਰਬੇਕਾਰ ਕਾਰੀਗਰਾਂ ਵੱਲੋਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਸਲਾਈਵਾਂ ਅ ਆਪਾਂ ਹੋਰ ਜਾਣਕਾਰੀ ਦੇ ਲੈ ਗੱਲ ਨੂੰ ਅੱਗੇ ਵਧਾਉਂਦੇ ਹਾਂ ਅ ਜੇ ਮੰਨ ਲਓ ਹੁਣ ਤੁਹਾਡੇ ਕੋਲੋਂ ਛੋਟੀ ਸਲਾਈਵ ਜਿਹੜੀ ਹੈ ਛੋਟੀ ਸਲਾਈਵ ਉਹ ਮਤਲਬ ਜ਼ਰੂਰਤ ਪੈ ਜਾਂਦੀ ਹੈ ਉਹਦੇ ਤੁਹਾਡੇ ਕੋਲ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਦਾ ਪ੍ਰਬੰਧ ਹੈ ਉਹ ਜੀ ਆਪਣੇ ਕੋਲੇ ਦੇਖੋ ਸ਼ੁਰੂਆਤ ਤੋਂ ਨੂੰ ਦੱਸਿਆ ਵੀ 2.5 ਫੁੱਟ ਦੀ 3 ਫੁੱਟ ਦੀ 3.5 ਦੀ 4 ਦੀ 4.5 ਦੀ 5 ਦੀ ਦੂਸਰਾ ਤੇ ਮਿਸਤਰੀ ਭਾਈ ਜਦੋਂ ਪਾਉਂਦੇ ਪਾਉਂਦੇ ਸਲੈਬ ਸ਼ੀਰੇ ਤੇ ਜਾ ਕੇ ਕਈ ਵਾਰੀ 6 ਇੰਚ ਦੀ ਲੋੜ ਪੈ ਜਾਂਦੀ ਹੈ ਉਹ ਨਹੀਂ ਮਿਲਦੀ 9 ਇੰਚ ਦੀ ਲੋੜ ਪੈ ਜੇ ਆਪਾਂ ਨੂੰ ਉਹ ਨਹੀਂ ਮਿਲਦੀ ਜਾਂ ਫੁੱਟ ਦੀ ਮਿਲਦੀ ਉਹ ਨਹੀਂ ਮਿਲਦੀ ਆਪਣੇ ਕੋਲੇ ਸਾਰੇ ਸਾਈਜ਼ ਕੋਈ ਬਨੇਰਾ ਨਹੀਂ ਪਟਣਾ ਕੋਈ ਬਾਹਰੇ ਨਹੀਂ ਦਿਖਾਈ ਦਿੰਦਾ ਵੀ ਜਿਹੜਾ ਸਾਈਜ਼ ਦੀ ਲੋੜ ਹੈ ਹਰੇਕ ਮਿਸਤਰੀ ਵੀਰ ਭਾਈ ਨੂੰ ਬੇਨਤੀ ਹੈ ਵੀ ਹਰੇਕ ਸਾਈਜ਼ ਆਪਣੇ ਕੋਲੋਂ ਤੁਰੰਤ ਮਿਲਦਾ ਹੈ ਜੀ ਹਰਦੇਵ ਸਿੰਘ ਜੀ ਸਲੇਬਾਂ ਤੋਂ ਇਲਾਵਾ ਹੋਰ ਕੀ ਬਣਾਉਂਦੇ ਹੋ ਹਾਂਜੀ ਉਹ ਆਪਣੇ ਕੋਲੇ ਜਿਹੜੇ ਬਾਕੀ ਕੀ ਆ ਨਾ ਸਲੇਬਾਂ ਵੱਡੀਆਂ ਮੋਟੀਆਂ ਹੈਗੀਆਂ ਨੇ ਜਿਹੜੇ ਕਿ ਖਾਲਾਂ ਦੇ ਉੱਪਰ ਰੱਖਦੇ ਆਪਾਂ ਪੁਲ ਬਣ ਜਾਂਦਾ ਤੁਰੰਤ ਹੀ ਕਿਸਾਨਾਂ ਨੂੰ ਮਤਲ ਖੇਤਾਂ ਦੇ ਵਿੱਚ ਨਹੀਂ ਕੋਈ ਮਟੀਰੀਅਲ ਨਹੀਂ ਲਿਆਉਣਾ ਪੈਂਦਾ ਬ੍ਰੀਤੀ ਸਿਮਿੰਟ ਕੋਈ ਮਿਸਤਰੀ ਨਹੀਂ ਪੁੱਛਣਾ ਪੈਂਦਾ ਉਹ ਆਪਣੇ ਕੋਲੋਂ ਹਰ ਵਕਤ ਮਿਲਦੇ ਆ ਕੋਈ ਰੋਟਾ ਵੀਟਰ ਟਰਾਲੀ ਵਗੈਰਾ ਕਪੈਨ ਵਗੈਰਾ ਨਗਾਉਣਾ ਤੁਰੰਤ ਹੀ ਖਾਲ ਦਾ ਪੁਲ ਬਣ ਜਾਂਦਾ ਆਪਣੇ ਕੋਲੋਂ ਸਮਾਨ ਲੈ ਜਾ ਕੇ ਬਣੀਆਂ ਬਣਾਈਆਂ ਸਲੇਬਾਂ ਆਪਣੇ ਕੋਲੇ ਤਿਆਰ ਮਿਲਦੀਆਂ ਨੇ ਜੀ ਦੋਸਤੋ ਸ਼੍ਰੀ ਵਿਸ਼ਵਕਰਮਾ ਜੀ ਸਲੈਬ ਸਟੋਰ ਬਹੁਤ ਵੱਡਾ ਸਲੈਬ ਸਟੋਰ ਹੈ ਇੱਥੇ ਹਰ ਸਮੇਂ ਆਪਾਂ ਨੂੰ ਸਲੈਬਾਂ ਤਿਆਰ ਮਿਲਦੀਆਂ ਕਦੀ ਵੀ ਜ਼ਰੂਰਤ ਪੈਂਦੇ ਬਠਿੰਡਾ ਤੋਂ ਪਟਿਆਲਾ ਰੋਡ ਦੇ ਉੱਪਰ ਪੀਖੀ ਔਰ ਚੀਮਾ ਦੇ ਵਿਚਕਾਰ ਆਪਾਂ ਕਦੀ ਵੀ ਇੱਥੇ ਵਿਜ਼ਿਟ ਕਰ ਸਕਦੇ ਆ ਸਲੈਬ ਦੀ ਜ਼ਰੂਰਤ ਪੈ ਜਾਂਦੀ ਹੈ ਜਾਂ ਖਾਲਾਂ ਦੇ ਨੱਕਿਆਂ ਜਿਹੜੇ ਖਾਲ ਦੇ ਉੱਪਰ ਲੈਂਟਰ ਪਾਇਆ ਜਾਂਦਾ ਆਪਾਂ ਪੁਲੀ ਬਣਾਉਂਦੇ ਆ ਜਾਂ ਫਿਰ ਆਪਾਂ ਨੂੰ ਖੰਭੇ ਜਿਹੜੇ ਹੈਗੇ ਬਾੜ ਕਰਨ ਵਾਸਤੇ ਖੇਤ ਨੂੰ ਇਨਾਂ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਆਪਾਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹਾਂ ਕੋਈ ਵੀ ਇਹ ਸਮਾਨ ਦੀ ਜ਼ਰੂਰਤ ਪੈਂਦੀ ਹੈ ਲੈ ਸਕਦੇ ਆ ਫੋਨ ਨੰਬਰ ਜਿਹੜੇ ਹੈਗੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਨੇ ਸਕਰੀਨ ਦੇ ਉੱਪਰ ਵੀ ਚੱਲ ਰਹੇ ਨੇ ਜ਼ਰੂਰਤ ਪੈ ਜਾਂਦੀ ਹੈ ਤਾਂ ਫੋਨ ਕਰ ਸਕਦੇ ਆ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਆ ਅਗਲੇ ਵੀਡੀਓ ਤੱਕ ਦੀਵਾਗਿਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ